इस वेले दी वड्डी खबर चंडीगढ़ तो सामने आ रही है जिथे अकाली दल दे प्रधान सुखबीर सिंह बादल नूं अदालत ने समन जारी कर दिते ने अते 27 नवंबर नूं अदालत विच पेश होण दे हुक्म भी जारी किए गए ने। दस दिए कि अखंड कीर्तनी जथे दे मुख बुलारे रजिंद्रपाल सिंह ने सुखबीर बादल ते मानहानि दा केस दायर किया सी। मामला 2017 दीआं विधानसभा चोणां दा जदों आम आदमी पार्टी दे सुप्रीमो अरविंद केजरीवाल रजिंद्रपाल सिंह दे घर खाणा खाण पहुंचे सी। इसे दौरान सुखबीर बादल का विवादित बयान आया सी कि रजिंद्रपाल सिंह अते केजरीवाल दे खाड़कुआं नाल संबंध ने। इस ते इतराज करते हुए आर पी सिंह ने चंडीगढ़ की अदालत दे विच सुखबीर सिंह बादल खिलाफ मानहानि का केस कर दिता सी, जिसकी वधेरे जानकारी लई साडे सहयोगी पत्रकार ने रजिंद्रपाल सिंह दे नाल गलबात की है। रजिंद्रपाल जी, जिहड़ा तुसीं अकाली दल दे प्रधान सुखबीर सिंह बादल ते केस कीता सी मानहानि दा, अज की अदालत ने जिहड़े नवें हुक्म जिहड़े जारी कीते ने? जिहड़ी अज डेट सीगी जिन्हां नूं समन इशू होए सीगे सरदार सुखबीर सिंह नूं जी, ते ओह अज वी पेश नहीं होए जी। फिर कोर्ट ने हुण उहनां दे खिलाफ वारंट इशू कीते ने जी, 27 तरीक नूं उहनां पेश होण नूं कहा, 27 नवंबर नूं जी। हांजी जी, रजिंद्रपाल जी, इह असल में मामला हैगा की सी, थोड़ा जिहा डिटेल दे विच दस सकदे हो? देखो, इस तरह हैगा, जो 2017 दी चोणां होईआं ने ना जी, उदों 4 जनवरी 2017 नूं दिल्ली दे जिहड़े मुख मंत्री ने श्री अरविंद केजरीवाल जी, ਉਹ ਮੇਰੇ ਘਰ ਬ੍ਰੇਕਫਾਸਟ ਕਰਨ ਆਏ ਸੀਗੇ ਜੀ, ਤੇ ਬ੍ਰੇਕਫਾਸਟ ਕਰਨ ਤੋਂ ਬਾਅਦ ਉਹਨਾਂ ਦੇ ਚਲੋ ਸਾਡੇ ਆਪਸ ਥੱਲੇ ਵੀ ਪ੍ਰੇਮ ਪਿਆਰ ਸੀਗਾ, ਤੇ ਦੂਸਰੀ ਗੱਲ ਇਹ ਹੈ ਵੀ ਜਿਹੜਾ ਮੈਂ ਅਖੰਡ ਕੀਰਤ ਜੱਥੇ ਦਾ ਨਾ ਇਹ ਮੁੱਖ ਕਰਾਂ ਜੀ, ਤੇ ਸਾਡੀ ਜਿਹੜੀ ਜਥੇਬੰਦੀ ਹੈ ਧਾਰਮਿਕ ਜਥੇਬੰਦੀ ਹੈ ਜੀ, ਧਾਰਮਿਕ ਜਥੇਬੰਦੀ ਹੈ, ਸਾਡਾ ਕੋਈ ਸਿਆਸਤ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜੀ। ਤੇ ਸੁਖਬੀਰ ਸਿੰਘ ਬਾਦਲ ਨੇ ਫਿਰ ਅਖੰਡ ਕੀਰਤ ਜੱਥੇ ਦੇ ਖਿਲਾਫ਼ ਮੇਰਾ ਨਾਮ ਲੈ ਕੇ ਕਿ ਵੀ ਅਰਵਿੰਦ ਕੇਜਰੀਵਾਲ ਨੇ ਆਰ ਪੀ ਸਿੰਘ ਦੇ ਘਰ ਬ੍ਰੇਕਫਾਸਟ ਕੀਤਾ ਜੀ, ਤੇ ਆਰ ਪੀ ਸਿੰਘ ਉਹ ਜਥੇਬੰਦੀ ਦਾ ਬੁਲਾਰਾ ਹੈਗਾ ਜਿਹੜੀ ਬਾਬਰ ਖਾਲਸਾ ਨਾਲ ਜੁੜੀ ਹੋਈ ਹੈ, ਬਾਬਰ ਖਾਲਸਾ ਦਾ ਪੋਲੀਟੀਕਲ ਫਰੰਟ ਹੈ ਜੀ, ਤੇ ਅਰਵਿੰਦ ਕੇਜਰੀਵਾਲ ਵਿੱਚ ਫਾੜਕੂਆਂ ਨਾਲ ਜਿਹੜਾ ਹੈਗਾ ਵੀ ਉਹ ਸਾਥ ਨਾਲ ਕਰ ਰਿਹਾ, ਏਦਾਂ ਦਾ ਬਿਆਨ ਉਹਨਾਂ ਨੇ ਦਿੱਤਾ ਵੀ ਸਾਡੀ ਜਿਹੜੀ ਜਥੇਬੰਦੀ ਹੈ ਉਹਨੂੰ ਉਹਨਾਂ ਵਿੱਚ ਬਾਬਰ ਖਾਲਸਾ ਨਾਲ ਜੋੜਤਾ ਜੀ, ਤੇ ਇਹ ਬਿਆਨ ਕੋਈ ਇੱਕ ਵਾਰੀ ਨਹੀਂ ਆਇਆ, ਘੱਟੋ ਘੱਟ 2-3 ਵਾਰੀ 4 ਵਾਰੀ ਆਇਆ, ਅਖਬਾਰਾਂ 'ਚ ਵੀ ਆਇਆ, ਟੀਵੀ 'ਤੇ ਵੀ ਆਇਆ, ਤੇ ਈਵਨ ਇਹਨਾਂ ਦੀ ਜਿਹੜੀ ਵਾਈਫ ਹੈ ਹਰਸਿਮਰਤ ਬਾਦਲ ਉਹਨੇ ਵੀ ਦਿੱਤਾ ਟੀਵੀ 'ਤੇ ਬਿਆਨ ਜੀ, ਤੇ ਫਿਰ ਮੈਨੂੰ ਮਜਬੂਰ ਹੋ ਕੇ ਇਹਨਾਂ ਦੇ ਖਿਲਾਫ਼ ਮਾਨਹਾਨੀ ਦਾ ਕ੍ਰਿਮੀਨਲ ਕੇਸ ਕਰਨਾ ਪਿਆ, ਤੇ ਇਹ ਸਮਝੋ ਵੀ ਇਹਨੂੰ ਚੱਲਦਿਆਂ 4 ਸਾਲ ਹੋ ਗਏ ਨੇ, 4 ਸਾਲ ਬਾਅਦ ਇਹਨਾਂ ਨੇ ਆਪਣਾ ਅਦਾਲਤ ਨੂੰ ਤਕਰੀਬਨ ਇਹਨਾਂ ਦੇ ਇਹ ਵਾਰੰਟ ਇਸ਼ੂ ਕੀਤੇ ਨੇ ਜੀ। ਹੁਣ ਕਿਹੜੀ ਅਦਾਲਤ ਨੇ, ਮੋਹਾਲੀ ਅਦਾਲਤ ਨੇ ਕੀਤੇ ਨੇ ਜੀ ਇਹ ਵਾਰੰਟ ਜਾਰੀ? ਚੰਡੀਗੜ੍ਹ ਦੀ ਅਦਾਲਤ ਹੈ ਜੀ, ਇਹ ਐਡੀਸ਼ਨਲ CJM ਹੈ ਜੀ, ਇਹ ਸਰਦਾਰ ਤੇਜ ਪ੍ਰਤਾਪ ਸਿੰਘ ਰੰਧਾਵਾ ਦੀ ਕੋਰਟ ਹੈ ਜੀ। ਉਸ ਤੋਂ ਇਸ ਤੋਂ ਪਹਿਲਾਂ ਤੁਹਾਡੀ ਕਿੰਨੀਆਂ ਤਰੀਕਾਂ ਹੁਣ ਤੱਕ ਜਿਹੜੀਆਂ ਪੈ ਚੁੱਕੀਆਂ ਨੇ, ਹੁਣ ਜਿਹੜੀ ਵਾਰੰਟ ਤੱਕ ਪਹੁੰਚੀ ਹੈ ਗੱਲ, ਇੱਥੇ ਤੱਕ ਪਹੁੰਚੀ ਅਖੀਰ? ਤਰੀਕਾਂ ਤੇ ਹੁਣ ਮੈਂ ਐਗਜੈਕਟ ਨਹੀਂ ਦੱਸ ਸਕਦਾ, ਪਰ ਘੱਟੋ ਘੱਟ 25-30 ਤਰੀਕਾਂ ਤਾਂ ਪੈ ਚੁੱਕੀਆਂ ਨੇ ਘੱਟੋ ਘੱਟ ਜੀ ਜੀ। ਰਜਿੰਦਰਪਾਲ ਜੀ, ਜਿਹੜੇ ਵਾਰੰਟ ਜਾਰੀ ਕੀਤੇ ਨੇ ਅਦਾਲਤ ਨੇ, ਕਿਸ ਤਰ੍ਹਾਂ ਦੇ, ਜੇਕਰ ਤੁਹਾਨੂੰ ਥੋੜੀ ਮੋਟੀ ਜਾਣਕਾਰੀ ਹੋਵੇ, ਕਿਸ ਤਰ੍ਹਾਂ ਦੇ ਵਾਰੰਟ ਦੇ ਵਿੱਚ ਗ੍ਰਿਫਤਾਰੀ ਵੀ ਹੋ ਸਕਦੀ ਹੈ ਜਾਂ ਅਗਰ ਨਹੀਂ ਪਹੁੰਚਦਾ ਬਾਦਲ ਸਾਹਿਬ ਉੱਥੇ? ਬੇਲੇਬਲ ਵਾਰੰਟ ਜਾਰੀ ਕੀਤੇ ਨੇ ਜੀ। ਹਾਂਜੀ, ਇਹ ਬੇਲੇਬਲ ਵਾਰੰਟ ਨੇ, ਜੇ ਇਹਦੇ ਤੇ ਵੀ ਨਹੀਂ ਆਉਂਦੇ ਫਿਰ ਅਗਲੀ ਅਦਾਲਤ ਅਗਲੀ ਕਾਰਵਾਈ ਕਰੇਗੀ ਜੀ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ। ਇੱਕ ਜਿਹੜਾ ਕੇਸ ਚੰਡੀਗੜ੍ਹ ਦੇ ਵਿੱਚ ਆਇਆ ਜਿਹਦੇ ਵਿੱਚ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਇਸ ਟਾਈਮ ਨੇ ਸਰਦਾਰ ਸੁਖਬੀਰ ਸਿੰਘ ਬਾਦਲ, ਉਹਨਾਂ ਨੂੰ ਅੱਜ ਅਵੇਲੇਬਲ ਵਾਰੰਟ ਜਾਰੀ ਕੀਤੇ ਗਏ, ਔਰ ਇਹ ਜਿਹੜਾ ਆਪਣੇ ਕੇਸ ਫਾਈਲ ਕੀਤਾ ਸੀ, ਔਰ ਰਜਿੰਦਰਪਾਲ ਸਿੰਘ ਨੇ ਅਖੰਡ ਕੀਰਤਨੀ ਜਥਾ ਦੇ, ਜਿਨ੍ਹਾਂ ਨੇ ਕਿ JMIC ਕੋਰਟ ਚੰਡੀਗੜ੍ਹ ਦੇ ਵਿੱਚ 31-17 ਨੂੰ ਇਹ ਕੋਰਟ ਇੱਕ ਫਾਈਲ ਕੀਤਾ ਸੀ ਡੈਫਾਮੇਸ਼ਨ ਕੇਸ, ਇਹ ਸਾਰਾ ਮਾਮਲਾ ਕੀ ਹੈ ਸਰ, ਤੁਸੀਂ ਦੱਸੋਗੇ? ਮੈਡਮ, ਇਹ ਕ੍ਰਿਮੀਨਲ ਡੈਫਾਮੇਸ਼ਨ ਦਾ ਕੇਸ ਹੈਗਾ ਜੀ ਜੀ, ਤੇ ਰਜਿੰਦਰਪਾਲ ਸਿੰਘ ਜੀ ਦੇ ਘਰੇ ਮਿਸਟਰ ਅਰਵਿੰਦ ਕੇਜਰੀਵਾਲ ਆਏ ਸੀਗੇ, ਉਹਨਾਂ ਨੇ ਬ੍ਰੇਕਫਾਸਟ ਕੀਤਾ ਸੀਗਾ ਡਿਊਰਿੰਗ ਦੋਜ਼ ਇਲੈਕਸ਼ਨਸ 2017 ਚ, ਤੇ ਉਹ ਉਸ ਤੋਂ ਬਾਅਦ ਮਿਸਟਰ ਸੁਖਬੀਰ ਸਿੰਘ ਬਾਦਲ ਨੇ ਥਾਂ ਥਾਂ ਤੇ ਬਿਆਨ ਦਿੱਤੇ ਕਿ ਜਿਹੜਾ ਅਖੰਡ ਕੀਰਤਨੀ ਜੱਥਾ ਹੈਗਾ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਜਿਹੜਾ ਹੈਗਾ ਮੋਹਰੀ ਜਥੇਬੰਦੀ ਹੈਗੀ ਹੈ
विच इज नॉट ट्रूथ। ते उन्होंने कहा कि आरती सिंह भी जड़े है ने ਉਹ ਵੀ ਅਖੰਡ ਕਿਰਤੀ ਜਥੇ ਦੇ ਹਿੱਸਾ ਹੀ ਨੇ ਤੇ ਦੇਅਰਫੋਰ ਉਹ ਵੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹੀ ਮੈਂਬਰ ਨੇ ਤੇ ਹੀ ਵਾਂਟਡ ਟੂ ਪ੍ਰੋਜੈਕਟ ਕਿ ਬਈ ਪਤਾ ਨਹੀਂ ਸ਼ਾਇਦ ਇਹ ਬੱਬਰ ਖਾਲਸਾ ਇੰਟਰਨੈਸ਼ਨਲ ਬਾਰੇ ਤੁਹਾਨੂੰ ਪਤਾ ਹੀ ਹੋਏਗਾ ਕਿ ਇਟ ਇਜ਼ ਅ ਬੈਂਡ ਆਰਗੇਨਾਈਜੇਸ਼ਨ ਤੇ ਗਵਰਨਮੈਂਟ ਆਫ ਇੰਡੀਆ ਵੱਲੋਂ ਤੇ ਇਸ ਨੂੰ ਲੈ ਕੇ ਫਿਰ ਕਿਉਂਕਿ ਬੈਂਡ ਆਰਗੇਨਾਈਜੇਸ਼ਨ ਹੈ ਔਰ ਰਜਿੰਦਰਪਾਲ ਸਿੰਘ ਜੀ ਦਾ ਉਹਦੇ ਨਾਲ ਦੂਰ ਦੂਰ ਨਾਲ ਵੀ ਕੋਈ ਸੰਬੰਧ ਨਹੀਂ ਹੈਗਾ ਉਹਨਾਂ ਨੇ ਡਿਫਾਮੇਸ਼ਨ ਕੇਸ ਫਾਈਲ ਕੀਤਾ ਸੀ ਜੀ ਜੀ ਇਹ ਡੈਫਾਮੇਸ਼ਨ ਕੇਸ ਦੇ ਵਿੱਚ ਅੱਜ ਜਿਹੜੀ ਪ੍ਰੋਸੀਡਿੰਗ ਹੋਈ ਹੈ ਉਹਦੇ ਵਿੱਚ ਕੀ ਹੋਇਆ ਤਾਂ ਤੁਸੀਂ ਜਿੱਦਾਂ ਜਿਹੜੇ ਅਵੇਲੇਬਲ ਵਾਰੰਟ ਜਿਹੜਾ ਕੋਰਟ ਵੱਲੋਂ ਜਾਰੀ ਕੀਤੇ ਗਏ ਨੇ ਕਿਨਾਂ ਦੀ ਕੋਰਟ ਵੱਲੋਂ ਕੀਤੇ ਗਏ ਤੇ ਉਹਦੇ ਵਿੱਚ ਤੁਹਾਡੇ ਵੱਲੋਂ ਕੀ ਪਲੀ ਸੀਗੀ? ਹਾਂਜੀ ਮੈਡਮ, ਇਹਦੇ ਵਿੱਚ ਕੀ ਸੀਗਾ ਕਿ ਕੋਵਿਡ ਤੋਂ ਵੀ ਕਾਫੀ ਦੇਰ ਪਹਿਲਾਂ ਕੋਰਟ ਨੇ ਸਮਨਿੰਗ ਆਰਡਰ ਇਸ਼ੂ ਕਰ ਦਿੱਤੇ ਸੀਗੇ ਫਾਰ ਮਿਸਟਰ ਸੁਖਬੀਰ ਸਿੰਘ ਬਾਦਲ ਟੂ ਅਪੀਅਰ ਜੀ ਉਹਨਾਂ ਦੇ ਸਾਹਮਣੇ ਪੇਸ਼ ਹੋਣ ਦੇ ਲਈ, ਪਰ ਉਦੋਂ ਤੋਂ ਲੈ ਕੇ ਹੁਣ ਤੱਕ ਮਿਸਟਰ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਹਜੇ ਪੇਸ਼ ਨਹੀਂ ਹੋਏ ਤੇ ਕੋਰਟ ਨੇ ਕਈ ਵਾਰੀ ਸਮਨ ਭੇਜ ਦਿੱਤੇ ਸੀਗੇ। ਫਿਰ ਮੈਂ ਅੱਜ ਇੱਕ ਐਪਲੀਕੇਸ਼ਨ ਲਗਾਈ ਸੀਗੀ ਕਿ ਉਹ ਡੈਲੀਬਰੇਟਲੀ ਆਪਣੀ ਜਿਹੜੀ ਸਰਵਿਸ ਹੈ ਸਮਨਸ ਦੀ ਉਹ ਅਵੋਇਡ ਕਰ ਰਹੇ ਨੇ ਜੀ ਤੇ ਕਾਨੂੰਨ ਦੇ ਉਲੰਘਣਾ ਕਰ ਰਹੇ ਨੇ ਕੋਰਟ 'ਚ ਪੇਸ਼ ਨਾ ਹੋ ਕੇ ਜੀ। ਤੇ ਉਹਦੇ 'ਚ ਮੈਂ ਇਹ ਵੀ ਲਿਖਿਆ ਸੀਗਾ ਕਿ ਵੀ ਮਿਸਟਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਪਹਿਲਾਂ ਆਪਣੀ ਸਟੇਟਮੈਂਟ ਦਿੱਤੀ ਸੀ, ਕੋਰਟ ਨੇ ਇਨਕੁਆਇਰੀ ਬਿਠਾਈ ਸੀ 202 ਸੈਕਸ਼ਨ CRPC 'ਚ ਤੇ ਉਸ ਸਟੇਟਮੈਂਟ ਵਿੱਚ ਵੀ ਆਪਣਾ ਐਡਰੈਸ ਹਾਊਸ ਨੰਬਰ 256 ਸੈਕਟਰ 9 ਲਿਖਾਇਆ ਸੀ ਚੰਡੀਗੜ੍ਹ ਦਾ। ਤੇ ਹੁਣ ਵੀ ਸੰਮਨ ਉੱਥੇ ਜਾ ਰਿਹਾ ਤਾਂ ਵੀ ਉੱਥੇ ਸਰਵ ਕਿਉਂ ਨਹੀਂ ਹੋ ਰਹੇ ਕਿਉਂਕਿ ਬਾਹਰੋਂ ਪੁਲਿਸ ਵਾਲੇ ਹੀ ਨਹੀਂ ਅੰਦਰ ਜਾਣ ਦਿੰਦੇ ਹੋਣਗੇ ਜੀ ਪ੍ਰੋਸੈਸ ਸਰਵਰ ਨੂੰ। ਤੇ ਕੋਰਟ ਨੂੰ ਫਿਰ ਇਹ ਪਲੀ ਮੇਰੀ ਜੈਨੂਇਨ ਲੱਗੀ ਔਰ ਉਹਨਾਂ ਨੇ ਦੇਖਿਆ ਰਿਕਾਰਡ ਵੀ ਤੇ ਉਹਦੇ 'ਚ ਵੀ ਮਿਸਟਰ ਸੁਖਬੀਰ ਸਿੰਘ ਬਾਦਲ ਨੇ ਆਪਣਾ ਜਿਹੜਾ ਐਡਰੈਸ ਹੈਗਾ ਉਹੀ ਮੈਂਸ਼ਨ ਕੀਤਾ ਸੀ, ਉਹਨਾਂ ਦੇ ਸਿਗਨੇਚਰਸ ਹੈਗੇ ਨੇ, ਸੋ ਦੇਅਰਫੋਰ ਕੋਰਟ ਨੇ ਉਹਨਾਂ ਦੇ ਅਵੇਲੇਬਲ ਵਾਰੰਟਸ ਇਸ਼ੂ ਕੀਤੇ ਨੇ। ਕਿਹਨਾਂ ਦੀ ਕੋਰਟ ਵਿੱਚ ਹੈਗਾ ਜੀ ਅੱਜ ਲੱਗਿਆ ਹੋਇਆ ਕੇਸ ਲੱਗਿਆ ਸੀ? ACGM ਚੰਡੀਗੜ੍ਹ ਹੈਗੇ ਨੇ ਜੀ, ਸ਼੍ਰੀ TPS ਰੰਧਾਵਾ ਜੀ ਜੀ, ਤੇਜ ਪ੍ਰਤਾਪ ਸਿੰਘ ਰੰਧਾਵਾ ਜੀ ਜੀ। ਤੇ ਸਰ ਇਹਦੇ ਨੈਕਸਟ ਹੀਅਰਿੰਗ ਜਾਂ ਨੈਕਸਟ ਪ੍ਰੋਸੀਡਿੰਗ ਕੀ ਹੈਗੀ ਹੈ? ਹੁਣ ਅਵੇਲੇਬਲ ਵਾਰੰਟਸ ਇਸ਼ੂ ਹੋ ਗਏ ਨੇ ਜੀ ਤੇ ਇਸ ਕਰਕੇ ਹੁਣ ਥਰੂ ਪੁਲਿਸ ਉਹਨਾਂ ਦੇ ਜਿਹੜੇ ਹੈਗੇ ਆ ਵਾਰੰਟਸ ਜਾਣਗੇ ਜੀ। ਹਾਂਜੀ ਜੀ, ਨੈਕਸਟ ਹੀਅਰਿੰਗ ਜਾਂ ਕੋਈ ਡੇਟ ਅਗਲੀ? ਹਾਂਜੀ 27/11 ਦੇ ਲਈ ਕੇਸ ਲੱਗਿਆ ਹੋਇਆ ਜੀ। ਜੀ, ਇਹ ਸਾਡੇ ਨਾਲ ਸੀਗੇ PIP ਸਿੰਘ, ਜੋ ਕਿ ਜਿਹੜੇ ਰਜਿੰਦਰਪਾਲ ਸਿੰਘ ਪਟੀਸ਼ਨਰ ਨੇ ਜਾਂ ਜਿਨ੍ਹਾਂ ਨੇ ਐਪਲੀਕੇਸ਼ਨ ਲਾਈ ਹੈਗੀ ਕੇਸ ਡੈਫਾਮੇਸ਼ਨ ਫਾਈਲ ਕੀਤਾ, ਉਹਨਾਂ ਦੇ ਵਕੀਲ ਨੇ। ਇਹਨਾਂ ਨੇ ਸਾਨੂੰ ਮਾਮਲੇ ਬਾਰੇ ਪੂਰੀ ਜਾਣਕਾਰੀ ਦਿੱਤੀ। ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੱਸ ਦਈਏ ਕਿ ਮਾਮਲੇ ਦੀ ਅਗਲੀ ਸੁਣਵਾਈ 17 ਨਵੰਬਰ ਨੂੰ ਹੋਵੇਗੀ। RP ਸਿੰਘ ਦੇ ਬੱਬਰ ਖਾਲਸਾ ਦੇ ਨਾਲ ਸੰਬੰਧ ਹੋਣ ਦੇ ਕਿਸੇ ਕੋਲ ਵੀ ਕੋਈ ਸਬੂਤ ਨਹੀਂ ਮਿਲੇ, ਜਿਸ ਕਾਰਨ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ। T5 ਚੈਨਲ ਪੰਜਾਬੀ, ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।